ਸਤਿ ਸ਼੍ਰੀ ਅਕਾਲ, ਮੈਂ ਹਾਂ ਦਲਜੀਤ ਸਿੰਘ ਜੈਲਦਾਰ। ਤੁਸੀਂ ਦੇਖ ਰਹੇ ਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ। ਯਾਰ, ਉਹ ਕਹਿੰਦੇ ਨੇ ਚੋਰ ਜਿੰਨਾ ਮਰਜ਼ੀ ਵੀ ਸਿਆਣਾ ਕਿਉਂ ਨਾ ਹੋਵੇ, ਜਿੰਨੀ ਮਰਜ਼ੀ ਵਿੱਚ ਲਾਕੀ ਕਿਉਂ ਨਾ ਵਰਤੇ, ਆਖਿਰ ਚੋਰ ਫਰਿਆ ਹੀ ਜਾਂਦਾ ਹੈ। ਸੋ ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ਤੇ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਇੱਕ ਸੋਹਣੀ ਜਿਹੀ ਮੁਟਿਆਰ ਦੀ ਹੈ, ਜੋ ਵਿਆਹੀ ਹੋਈ ਹੈ, ਜਿਸ ਦੇ ਨਾਲ ਇੱਕ ਬੱਚਾ ਵੀ ਹੈ, ਜੋ ਸੁਨਿਆਰੇ ਦੀ ਦੁਕਾਨ ਤੇ ਗਈ ਹੈ, ਪਰ ਸੁਨਿਆਰੇ ਦੀ ਦੁਕਾਨ ਤੇ ਇਹ ਸ਼ੋਪਿੰਗ ਕਰਨ ਦੇ ਇਰਾਦੇ ਨਾਲ ਨਹੀਂ ਗਈ, ਇਹ ਉੱਥੇ ਚੋਰੀ ਕਰਨ ਦੇ ਇਰਾਦੇ ਦੇ ਨਾਲ ਗਈ। ਯਾਰ, ਬਹੁਤ ਸਾਰੇ ਚੋਰ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਨੇ, ਜਿਸ ਕਰਕੇ ਉਹਨਾਂ ਨੂੰ ਅਜਿਹਾ ਕਦਮ ਚੁੱਕਣਾ ਪੈਂਦਾ ਹੈ। ਪਰ ਇਸ ਜਨਾਨੀ ਨੂੰ ਕੀ ਮੁਸ਼ਕਲ ਸੀ, ਇਸ ਨੂੰ ਕਿਉਂ ਚੋਰੀ ਕਰਨੀ ਪਈ, ਇਸ ਬਾਰੇ ਤਾਂ ਆਪਾਂ ਕੁਝ ਤੁਹਾਨੂੰ ਕਹਿ ਨਹੀਂ ਸਕਦੇ, ਪਰ ਇਸ ਦੇ ਅਜਿਹਾ ਕਰਨ ਦੇ ਨਾਲ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਸੋ ਆਓ ਤੁਹਾਡੇ ਨਾਲ ਵੀ ਇਹ ਵੀਡੀਓ ਸਾਂਝੀ ਕਰਦੇ ਹਾਂ। ਯਾਰ, ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਕਿ ਕਿਸੇ ਵੀ ਮਜ਼ਬੂਰੀ ਕਰਕੇ ਚੋਰੀ ਕਰਨਾ ਸਹੀ ਹੈ ਜਾਂ ਫਿਰ ਨਹੀਂ। ਸੋ ਇਸ ਦੇ ਨਾਲ ਹੀ ਤੁਹਾਡੇ ਤੋਂ ਚਾਹੁੰਦੇ ਹਾਂ ਇਜਾਜ਼ਤ, ਜਲਦ ਹੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।